ਹੈਲੋ ਗਾਇਸ ਵੈਲਕਮ ਟੂ ਮਿਕਸਰ ਜੀਟੀਬ ਚੈਨਲ ਸੋ ਗਾਇਸ ਅੱਜ ਦੀ ਵੀਡੀਓ ਚ ਪਾ ਗਲ ਕਰ ਰਿਹਾ ਮੈਂ ਟੋਪ 7 ਕਾਮਨ ਟੈਕਨੋਲੋਜੀ ਮਿਸਟੇ ਬਾਰੇ ਸੋ ਗਾਇਸ ਮਿਸ ਨੰਬਰ 7 ਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਆਪਣਾ ਜੋ ਇੰਟਰਨੈਟ ਦੇ ਜਿੰਨੇ ਜ਼ਿਆਦਾ ਸਿਗਨਲਸ ਆ ਕੁਆਲਿਟੀ ਵੀ ਇੰਟਰਨੈਟ ਦੀ ਉਨੀ ਹੀ ਜ਼ਿਆਦਾ ਹੁੰਦੀ ਹੈ ਮਤਲਬ ਕਿ ਜੇ ਜ਼ਿਆਦਾ ਡੰਡੇ ਜੀ ਉੱਥੇ ਆਂਦੇ ਪਏ ਆ ਤੇ ਸਾਡੀ ਨੈਟਵਰਕ ਦੀ ਸਪੀਡ ਜ਼ਿਆਦਾ ਚੱਲੇਗੀ ਜੋ ਕਿ ਸਿਰਫ ਇੱਕ ਮਿਥ ਹੈ ਇਨ ਰਿਐਲਿਟੀ ਇਨ ਦਾ ਨੈਟਵਰਕ ਦੀ ਕੁਆਲਿਟੀ ਦੇ ਨਾਲ ਤੇ ਮਿਸਟੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਐਂਡ ਆਪਟਾ ਵਰਦੀ ਪਰ ਚੜ ਕੇ ਵੀ ਆਪਣੀ ਇੰਟਰਨੈਟ ਦੀ ਸਪੀਡ ਚੈੱਕ ਕਰ ਲਾਂਗੇ ਉਹੀ ਉਦੋਂ ਵੀ ਹੁੰਦੀ ਆਉਗੀ ਤੇ 20 ਕਿਲੋਮੀਟਰ ਦੂਰ ਜਾ ਕੇ ਵੀ ਚੈੱਕ ਕਰ ਲੀਏ ਜੇ ਉੱਥੇ ਰੇਂਜ ਆਂਦੀ ਪਈ ਹੈ ਤੇ ਉੱਥੇ ਵੀ ਸਪੀਡ ਉਨੀ ਹੀ ਰਹੇਗੀ ਤੇ ਕੋਈ ਵੀ ਫਰਕ ਨਹੀਂ ਪਏਗਾ ਤੇ ਆ ਸਿਰਫ ਇੱਕ ਮਿਥਾ ਗਾਇਸ ਮਿਥ ਨੰਬਰ 6 ਆਇਆ ਕਿ ਜੋ ਲੋਕਾਂ ਨੂੰ ਲੱਗਦਾ ਕਿ ਆਪਣੇ ਮੋਬਾਈਲ ਨੂੰ ਰੂਟ ਕਰਨਾ ਜਾਂ ਫਿਰ ਆਪਣੇ ਕਿਸੇ ਕੰਸੋਲ ਨੂੰ ਜੇਲ ਬ੍ਰੇਕ ਕਰਨਾ ਇਲੀਗਲ ਹੈ ਗਾਈਜ਼ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਇਹਨਾਂ ਵਿੱਚ ਕੁਝ ਵੀ ਇਲੀਗਲ ਗੱਲ ਨਹੀਂ ਹੈਗੀ ਮੈਂ ਜੇ ਕੋਈ ਮੋਬਾਈਲ ਦੁਕਾਨ ਤੋਂ ਖਰੀਦ ਲਿਆ ਹੁਣ ਉਹ ਮੇਰੀ ਚੀਜ਼ ਆ ਮੈਂ ਉਹਨਾਂ ਕੁਝ ਵੀ ਕਰ ਸਕਦਾ ਉਹਨੂੰ ਰੂਟ ਕਰ ਸਕਦਾ ਉਹਨੂੰ ਜੋ ਮਰਜ਼ੀ ਕਰ ਸਕਦਾ ਤੇ ਉਹਦੇ ਵਿੱਚ ਕੁਝ ਵੀ ਇਲੀਗਲ ਨਹੀਂ ਹੈ ਕਿਉਂਕਿ ਮੈਂ ਆਪਣੀ ਹੀ ਚੀਜ਼ ਨਾਲ ਕਰਦਾ ਮੈਂ ਕਿਸੇ ਦਾ ਕੁਝ ਨਹੀਂ ਜਾਂਦਾ ਇਹਨੀਆਂ 100% ਲੀਗਲ ਬਸ ਇਹਨਾਂ ਹੈ ਕਿ ਇਹਨਾਂ ਕੁਝ ਪ੍ਰੋਡਕਟਸ ਕੁਝ ਕੰਪਨੀ ਵਾਰੰਟੀ ਦੇ ਨਾਲ ਬੰਦ ਕਰ ਦਿੰਦੀਆਂ ਹੈ ਪਰ ਕੋਈ ਇਲੀਗਲ ਇਲੀਗਲ ਅਲਾ ਕੁਝ ਵੀ ਕਨੈਕਸ਼ਨ ਇੰਦੇ ਵਿੱਚ ਨਹੀਂ ਹੈਗਾ ਗਾਇਸ ਮਿਥ ਨੰਬਰ 5 ਇਸ ਦੈਟ ਲੋਕਾਂ ਨੂੰ ਲੱਗਦਾ ਕਿ ਆਪਣੇ ਜੋ ਵੀਡੀਓ ਜਾਂ ਆਡੀਓ ਫਾਈਲਸ ਦੀ ਸਾਈਜ਼ ਜਿੰਨਾ ਜ਼ਿਆਦਾ ਹੋਏਗਾ ਜਿਆਦਾ ਸਾਈਜ਼ ਯਾਨੀ ਕਿ ਜਿਆਦਾ ਕੁਆਲਿਟੀ ਲੋਕਾਂ ਨੂੰ ਲੱਗਦਾ ਪਰ ਇਹੋ ਜਿਹਾ ਕੁਝ ਵੀ ਨਹੀਂ ਹੈ ਘੱਟ ਸਾਈਜ਼ ਵਿੱਚ ਵੀ ਹਾਈ ਕੁਆਲਿਟੀ ਮਿਲ ਸਕਦੀ ਹੈ ਤੇ ਜਿਆਦਾ ਸਾਈਜ਼ ਵਿੱਚ ਵੀ क्वालिटी की चीज़ मिल सकती है आ सिर्फ बिट रेट उपर जहाँ कंप्रैसीबिलिट्टी उपर डिपेंड करता है तो वो कोई भी किसी चीज़ को कंप्रैस कर देगा तो रहेगी उ जिन्ना कि बहुत फर्क पैंता है सइज पर क्वलिट बहुत घट फर्क है एंड दिस इज मिथ घट सइज़ भी ज़्यादा चीज़ मिल सदगी सूँ तो ज़्यादा सइज़ भी लो क्वलिटी चीज़ मिल सकती है तो सइज़ का कोलिटी नाल कोई भी कनैक्शन नहीं है सो सगाई मिथ नंबर फोर इज डेट मोर मेगापिक्सल्स मीनस बैटर कैमरा क्वालिटी सो गई आ जो मिथा आ बहुत ज़्यादा घूमन आ लोगों कि लोगों को लगता है कि जिन्ना ज़्यादा मेगापिक्सल अपने कैमरे तो है कैमरा क्वालिटी उन्नी ही ज़्यादा हाई हो जाएगी पर रियलिटी इंज नहीं है मेगापिक्सल्स भी दस दे कि कैमरे में आप जूम कि कर सकते हैं जूम जूमआउट कि सड़ा पोस्टर प्रिंट करके ला देंगे तो क्लीयर आएगा किोप कर हैं ਬਸ ਆਹੀ ਚੀਜ਼ਾਂ ਮੈਗਾਪਿਕਸਲ ਤੇ ਡਿਪੈਂਡ ਕਰਦੀਆਂ ਤੇ ਕੁਆਲਿਟੀ ਕਿਹ ਹੋ ਜੀ ਹੈ ਕਲਰ ਕੁਆਲਿਟੀ ਬੈਕਗ੍ਰਾਉਂਡ ਬਲਰ ਹੁੰਦਾ ਕਿ ਨਹੀਂ ਇਹਦਾ ਮੈਗਾਪਿਕਸਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹੁਣ ਜੇ ਬਲੈਕ ਐਂਡ ਵਾਈਟ ਕੈਮਰਾ ਵੀ ਹੋਊਗਾ ਉਹ ਵੀ 500 ਮੈਗਾਪਿਕਸਲ ਦਾ ਵੀ ਹੋ ਸਕਦਾ ਹੈ ਤੇ ਕੋਈ ਇੱਕ ਕਲਰ ਕੈਮਰਾ ਵੀ 10 ਮੈਗਾਪਿਕਸਲ ਦਾ ਵੀ ਹੋ ਸਕਦਾ ਹੈ ਤੇ ਆਫ ਕੋਰਸ ਕਲਰ ਕੈਮਰੇ ਜਿਆਦਾ ਡਿਟੇਲਸ ਦਿਖਦੀਆਂ ਨਹੀਂ ਹੈ ਤੇ ਮੈਗਾਪਿਕਸਲ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਾ ਨੂੰ ਐਂਡ ਗਾਇਸ ਮਿਥ ਨੰਬਰ 3 इस दैट पेट्रोल पंप मोबाइल यूज करने का एक्सप्लोज़न हो सकता उतें कोई प्रॉब्लम क्रिएट हो सकती है रियलिटी योजा कुछ भी नहीं है पेट्रोल पंप मोबाइल यूज़ कर कुछ भी नहीं होगा उन्होंने जो उत बोट्स लाए होंगे नो मोबाइल वो बस उन्होंने एवें कहन वास्ते ही क्या हों इन रियालिटी पेट्रोल पंप से मोबाइल यूज करने कोई भी फर्क नहीं पैन लगा एंड इट इज़ जस्ट ए मिथ ਗਾਈਸ ਮਿੱਥ ਨੰਬਰ 2 ਇਸ ਕਿ ਪੂਰੀ ਰਾਤ ਤੁਹਾਡਾ ਮੋਬਾਈਲ ਚਾਰਜ ਕਰਦਾ ਮੋਬਾਈਲ ਬਲਾਸਟ ਹੋ ਸਕਦਾ ਹੈ ਸੋ ਗਾਈਸ ਇਹੋ ਜਿਹਾ ਕੁਝ ਨਹੀਂ ਦਾ ਅਜਿਹੇ ਜੋ ਮਾਡਰਨ smartphones ਇਹਨਾਂ ਅੰਦਰ ਇਹੋ ਜਿਹੀ ਟੈਕਨੋਲੋਜੀ ਹੈਗੀ ਆ ਕਿ ਜਦੋਂ ਫੋਨ ਆਪਣਾ 100% ਚਾਰਜ ਚਾਰਜ ਹੋ ਚੁੱਕਿਆ ਹੈ ਤੇ ਆਪਣੇ ਆਪ ਹੀ ਚਾਰਜਿੰਗ ਤੋਂ ਬੰਦ ਹੋ ਜਾਂਦਾ ਅੰਦਰ ਸਰਕਟ ਹੁੰਦਾ ਆਪਣੇ ਆਪ ਬੰਦ ਹੋ ਜਾਂਦਾ ਤੇ ਅੰਦਰ ਹੋਰ ਇਲੈਕਟ੍ਰਿਸਿਟੀ ਜਾਂਦੀ ਨਹੀਂ ਆ ਭਾਵੇਂ ਉਹਨੂੰ 4 ਦਿਨਾਂ ਤੱਕ ਕਰਕੇ ਉਹਨਾਂ ਲਾਇਆ ਹੋਵੇ ਉਹਨੇ 100% ਹੋ ਕੇ ਤੇ ਉੱਥੇ ਹੀ ਚਾਰਜਿੰਗ ਬੰਦ ਕਰ ਦੇਣੀ ਆ ਪਰ ਜੋ ਪੁਰਾਣੇ ਫੋਨ ਸਾ ਜੋ ਕਿ ਅਸ ਤੋਂ 20 ਸਾਲ ਪਹਿਲਾਂ ਮਿਲਦੇ ਸੀ ਉਹਨਾਂ ਨੂੰ ਜੇ ਪੂਰੀ ਤਰ੍ਹਾਂ ਚਾਰਜ ਲਾਵਾਂਗੇ ਤੇ ਭਾਵੇਂ 100% ਬੈਟਰੀ ਹੋ ਵੀ ਜਾਵੇ ਉਹਨਾਂ ਨੇ ਫਿਰ ਵੀ ਚਾਰਜ ਹੁੰਦੇ ਰਹਿਣਾ ਤੇ ਉਹ ਬਲਾਸਟ ਹੋ ਸਕਦੇ ਆ ਪਰ ਅੱਜ ਦੇ ਜਮਨਰ ਫੋਨ ਬਲਾਸਟ ਨਹੀਂ ਹੋ ਸਕਦੇ ਐਂਡ ਆ ਬਸ ਇੱਕ ਮਿੱਥ ਗਾਇਸ ਮਿੱਥ ਨੰਬਰ 1 ਕਿ ਵੀ ਆਪਣੇ ਫੋਨ ਦੇ ਜੋ ਬੈਕਗ੍ਰਾਉਂਡ ਬੈਕਗ੍ਰਾਉਂਡ 'ਚ ਜਿਹੜੇ ਖੁੱਲੇ ਐਪਸ ਸਾ ਉਹਨਾਂ ਨੂੰ ਬੰਦ ਕਰਨ ਨਾਲ ਮੋਬਾਈਲ ਦੀ ਪਰਫਾਰਮੈਂਸ 'ਤੇ ਕੋਈ ਫਰਕ ਪੈਂਦਾ ਹੈ। ਯੈਸ ਗਾਇਸ ਆ ਵੀ ਇੱਕ ਮਿੱਥੀ ਹੈ ਕੋਈ ਵੀ ਫਰਕ ਨਹੀਂ ਪੈਂਦਾ ਆਪਣਾ ਮੋਬਾਈਲ ਜੋ ਆਪਣਾ smartphones smartphones ਜਿਹਗਾ ਹੈ ਉਹ ਸਾਡੇ ਨਾਲੋਂ ਜ਼ਿਆਦਾ ਹੀ 스마트 ਹੈਗਾ ਕਿਉਂਕਿ ਉਹਨੂੰ ਬਣਾਉਣ ਵਾਲਾ ਇਨਸਾਨ ਇੱਕ ਬਹੁਤ ਓਡੀ ਕੰਪਨੀ ਦਾ ਮਾਲਕ ਹੈ ਤੇ ਆਫਕੋਰਸ ਉਹਦੇ ਕੋਲ ਬ੍ਰੈਂਡ ਹੋਊਗਾ ਤੇ ਉਹਦੇ ਅੰਦਰ ਸਿਸਟਮ ਹੀ ਐਂਜਾ ਕਿ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਹ ਬੈਕਗ੍ਰਾਉਂਡ ਦੇ ਐਪਸ ਨੂੰ ਆਪਣੇ ਆਪ ਹੀ ਬੰਦ ਕਰਦਾ ਹੈ। बस सू सिर्फ एक फोटो ही दिखती होंगी ऐप की इन रियालिटी वो चलता ही नहीं हूँ तो बंद कर भी कोई फर्क नहीं पेगा परफॉर्मेंस उ रहेगी सो so गाइस आज की वीडियो वास्ते बस आही सबसक्राइब करो मिकस्टार्स यूट्यूब चैनल फॉर मोर वीडियोज लाइक दिस थैंक्स